ਸਤਾਈਆ ਗੁਰਬਾਣੀ ਗੁਰਮਤਿ ਮੇਲਾ ਬਾਬਾ ਵੀਰ ਸਿੰਘ ਅਤੇ ਬਾਬਾ ਧੱਕੜ ਸਿੰਘ ਪਿੰਡ ਟਾਂਡਾ ਜੀ ਸਿੰਘਾ ਪ੍ਰੈਸ ਨਿਊਜ਼ ਸੰਚਾਲਕ ਜਸ ਧੁਨਾਵਾਲਾ ਬਾਬਾ ਸਾਹਿਬ ਸਿੰਘ ਖਾਣ ਰਜਾਦਾ ਅਤੇ ਗੋਬਿੰਦ ਸਿੰਘ ਮਾਨ ਸਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ। ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ 'ਚ ਪੈਂਦੇ ਪਿੰਡ ਟਾਂਡਾ ਵਿਖੇ ਧੰਨ ਧੰਨ ਬਾਬਾ ਵੀਰ ਸਿੰਘ ਅਤੇ ਬਾਬਾ ਧੱਕੜ ਸਿੰਘ ਜੀ ਦੇ ਦਰਬਾਰ 'ਤੇ 27 ਸਾਲਾਨਾ ਗੁਰਬਾਣੀ ਗੁਰਮਤਿ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 27 ਵਿਸਾਖ ਨੂੰ ਬੜੀ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ NRI ਸੰਗਤਾਂ ਨੂੰ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਗੁਰਮਤਿ ਗੁਰਬਾਣੀ ਮੇਲੇ ਵਿੱਚ ਪਹੁੰਚ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦੱਸ ਰਹੇ ਹਨ ਸਰਦਾਰ ਸੁਖਵਿੰਦਰ ਸਿੰਘ ਟਾਂਡਾ ਅਤੇ ਸਰਦਾਰ ਮਨਜੀਤ ਸਿੰਘ ਟਾਂਡਾ ਅਤੇ ਉਹਨਾਂ ਨਾਲ ਖੜ੍ਹੇ ਹੋਰ ਵੀ ਪ੍ਰਬੰਧਕ ਅਤੇ ਨਗਰ ਨਿਵਾਸੀ ਸੰਗਤਾਂ। ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ। ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ, ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ, ਗੋਬਿੰਦ ਸਿੰਘ ਮਾਨ ਸਰਿਹਾਲੀ ਕਲਾਂ। ਸਰਦਾਰ ਸੁਖਵਿੰਦਰ ਸਿੰਘ ਜੀ, ਮੈਂ ਪੱਤਰਕਾਰ ਜਸਬੀਰ ਸਿੰਘ। ਅੱਜ ਪਿੰਡ ਟਾਂਡਾ ਵਿੱਚ ਸਾਨੂੰ ਆਉਣ ਦਾ ਮੌਕਾ ਮਿਲਿਆ ਹੈ। ਇਹ ਬਾਬਾ ਵੀਰ ਸਿੰਘ ਦਰਬਾਰ ਦਾ ਜੋ ਮੇਲਾ ਆ ਰਿਹਾ 27, ਹਾਂਜੀ ਹਾਂਜੀ, ਇਹ ਦੱਸਣਾ ਚਾਹੁੰਦਾ ਸੰਗਤਾਂ ਨੂੰ ਕਿ ਕਿਵੇਂ ਕਿਵੇਂ ਆਪ ਜੀ ਨਗਰ ਵਿੱਚ ਮਨਾ ਰਹੇ ਮੇਲਾ ਬਾਬਾ ਵੀਰ ਸਿੰਘ ਜੀ। ਇਹ ਜੀ ਬਾਬਾ ਵੀਰ ਸਿੰਘ ਜੀ ਬਾਬਾ ਧੱਕੜ ਸਿੰਘ ਜੀ ਦੇ ਸਥਾਨਾਂ 'ਤੇ ਨਗਰ ਟਾਂਡੇ ਦੀ ਸੰਗਤ ਵੱਲੋਂ ਰਲ ਮਿਲ ਕੇ ਅਤੇ ਬਾਹਰ ਜੋ ਸਾਡੀਆਂ ਸੰਗਤਾਂ ਗਈਆਂ, ਨੌਜਵਾਨ ਬੱਚੇ ਗਏ ਆ, ਰਲ ਮਿਲ ਕੇ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਜੋੜ ਮੇਲਾ ਮਨਾਉਂਦੇ ਬਾਬਾ ਵੀਰ ਸਿੰਘ ਜੀ ਉਹਨਾਂ ਦਾ, ਬੜੇ ਧੂਮਧਾਮ ਦੇ ਨਾਲ ਮੇਲਾ ਮਨਾਈਦਾ। ਅੱਛਾ ਜੀ, ਬਾਬਾ ਜੀ ਦਾ ਇਸੇ ਤਰ੍ਹਾਂ ਸਾਰੇ ਹੀ ਨਗਰ ਦਾ ਸਹਿਯੋਗ ਦੇ ਨਾਲ ਅਸੀਂ ਸਾਰੇ ਕੰਮ ਕਰਦੇ ਹਾਂ, ਜੋ ਆ ਲੰਗਰ ਬਣਾਏ ਆ ਵੀ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਕੰਮ ਕੀਤੇ ਆ। ਆਪ ਜੀ ਕਹਿਣਾ ਚਾਹੁੰਦੇ ਹੋ ਕਿ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸ਼ਾਂ ਵਿਦੇਸ਼ਾਂ ਸੰਗਤ ਅਤੇ NRI ਸੰਗਤਾਂ ਦੇ ਸਦਕਾ ਇਹ ਸਭ ਕੁਝ ਆਪ ਮੇਲਾ 27 ਦਾ ਕਰਦੇ ਜੋ ਅਤੇ ਹੋਰ ਵੀ ਮੇਲੇ ਹੋਰ ਵੀ ਦਰਬਾਰ ਬਣਦਾ, ਇਹ ਉਹਨਾਂ ਸੰਗਤਾਂ ਦੇ ਸਦਕਾ ਹੀ ਸਾਰਾ ਬਣਦਾ ਹੈ। ਹਾਂਜੀ, ਹੁਣ ਵੀ ਜਿਹੜਾ 27 ਨੂੰ ਤੁਸੀਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਰਹੇ ਜੋ, ਲੰਗਰ ਲਾ ਰਹੇ ਜੋ, ਉਹ ਸੰਗਤਾਂ ਦੇ ਸਹਿਯੋਗ ਨਾਲ ਹੀ ਲੱਗਦਾ ਹੈ। ਇੱਥੇ ਸੰਗਤਾਂ ਨੂੰ ਕਹਿਣਾ ਚਾਹੁੰਦੇ ਹੋ ਧੰਨਵਾਦ ਧੰਨ ਨਾਲ ਸੇਵਾ ਕਰਕੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰੋ। ਅਸੀਂ ਜੀ ਸਾਰੀਆਂ ਹੀ ਸੰਗਤਾਂ ਨੇ ਜੋ ਸਾਡੇ ਛੋਟੇ ਬੱਚੇ ਭੈਣ ਭਰਾ ਜੋ ਜਿੰਨੇ ਦੇਸ਼ਾਂ ਪ੍ਰਦੇਸ਼ਾਂ 'ਚ ਗਏ ਆ ਅਤੇ ਨਗਰ ਨਿਵਾਸੀ ਸਾਰਿਆਂ ਨੂੰ ਅਸੀਂ ਇਹੋ ਹੀ ਕਹਿੰਦੇ ਹਾਂ ਵੀ ਸਾਰੇ ਰਲ ਮਿਲ ਕੇ ਆਪਾਂ ਜੋ ਬਾਬਾ ਵੀਰ ਸਿੰਘ ਜੀ ਉਹਨਾਂ ਦਾ ਮੇਲਾ ਮਨਾਉਂਦੇ ਹਾਂ ਅਤੇ ਰਲ ਮਿਲ ਕੇ ਆਪਾਂ ਸਹਿਯੋਗ ਦਿਆ ਕਰੋ ਅਤੇ ਵੱਧ ਚੜ੍ਹ ਕੇ ਆਪਾਂ ਮੇਲਾ ਮਨਾਇਆ ਕਰੀਏ ਹਰ ਸਾਲ ਦੀ ਤਰ੍ਹਾਂ। ਅੱਛਾ ਸਾਹਿਬ ਜੀ, ਆਪ ਜੀ ਸਾਡੇ ਚੈਨਲ ਨੂੰ ਚੱਲ ਤੇ ਮੈਂ ਪੱਤਰਕਾਰ ਜਸਵੀਰ ਸਿੰਘ ਚੱਲਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, ਮੈਂ ਪੱਤਰਕਾਰ ਜਸਵੀਰ ਸਿੰਘ। ਸਾਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ ਅਕਾਲ ਪੁਰਖ ਦਾ ਜਕਾਰਾ ਪ੍ਰਾਪਤ ਹੋਇਆ ਹੈ, ਸਾਰੀ ਸੰਗਤ ਲਾਉਂਦੀ ਹੈ। ਆਪ ਜੀ ਸਾਡੇ ਚੈਨਲ 'ਤੇ ਲਾਉਣਾ ਚਾਹੋਗੇ ਜਕਾਰਾ? ਲਾਉਂਦੇ ਹਾਂ। ਬਲੇ ਸੋ ਨਿਆ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਿੰਘਾ ਟੀਮ ਅਤੇ ਜਸ ਧੁਨਾਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ।
ਟ੍ਰੈਫਿਕ ਨਿਯਮਾਂ ਨੂੰ ਅਪਣਾਓ, ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ, ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ, ਕਿਉਂਕਿ ਸੜਕ 'ਤੇ ਆਵਾਜਾਈ ਲੋਕ ਸਾਡੇ ਆਪਣੇ ਹਨ। ਕਰ ਭਲਾ ਸੋ ਹੋ ਭਲਾ, ਅੰਤ ਭਲੇ ਦਾ ਭਲਾ। ਪਿਆਰੇ ਦਰਸ਼ਕੋ, ਜੀ ਸਿੰਘਾ ਟੀ ਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ, ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਬਾਉਣਾ ਨਾ ਭੁੱਲੋ, ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚ ਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ਹੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793191462 98726 35913।